ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਜੋ 1 ਜੁਲਾਈ ਤੋਂ ਸ਼ੁਰੂ ਹੋਇਆ ਸੀ ਅਲੱਗ-ਅਲੱਗ ਸ਼ਿਫਟਾਂ ਦੇ ਵਿੱਚ ਹੋ ਰਿਹਾ ਹੈ ਲਗਭਗ ਜਦੋਂ ਮੈਂ ਇਹ ਅੱਜ ਵੀਡੀਓ ਬਣਾ ਰਿਹਾ ਪੰਜਾਬ 0% ਕੈਂਡੀਡੇਟ ਦਾ ਪੇਪਰ ਹੈ ਜਿਹੜਾ ਉਹ ਐਸਟੀਮੇਟਡ ਉਹ ਲਗਭਗ ਹੋ ਚੁੱਕਿਆ ਹੈ ਕਿਉਂਕਿ ਅੱਜ 25 ਜੁਲਾਈ ਹੈ ਜਦੋਂ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਹਾਂ ਠੀਕ ਹੈ ਤੇ 16 ਜੁਲਾਈ ਤੱਕ ਇਹ ਪੇਪਰ ਚੱਲਣੇ ਆ ਤਾ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ 50% ਦੇ ਲਾਗਪਾਸ ਜਿਹੜਾ ਪੇਪਰ ਹੈ ਇਹ ਹੋ ਚੁੱਕਿਆ ਹੈ ਹੁਣ ਤੱਕ ਠੀਕ ਹੈ ਅੱਜ ਦੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਜੋ 24 ਜੁਲਾਈ ਨੂੰ ਮਾਰਨਿੰਗ ਤੇ ਈਵਨਿੰਗ ਸ਼ਿਫਟ ਦੇ ਵਿੱਚ ਕੁਐਸਚਨ ਪੁੱਛੇ ਗਏ ਪੇਪਰ ਦੇ ਵਿੱਚ ਉਹ ਮੈਂ ਦੱਸੂਗਾ ਕਿਸ ਤਰ੍ਹਾਂ ਦੇ ਕੁਐਸਚਨ ਆਏ ਠੀਕ ਹੈ ਨਾਲ ਮਿਲਦੇ ਜੁਲਦੇ ਕੁਐਸਚਨ ਵੀ ਕਰਵਾਉਂਗਾ ਤੇ ਸਾਰੇ ਜਾਨੇ ਪਲੇਲਿਸਟ ਵਿੱਚ ਜਾ ਕੇ ਵੀਡੀਓਜ਼ ਦੇਖ ਲਓ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੇਪਰ ਦੇਣਾ ਹੈ ਠੀਕ ਹੈ ਕਿਉਂਕਿ ਜੋ ਮੈਂ ਐਨਲਾਈਜ਼ ਕਰਕੇ ਕੁਐਸਚਨ ਦੱਸਦਾ ਉਹ ਸੇਮ ਅਗਲੀ ਸ਼ਿਫਟ ਦੇ ਵਿੱਚ ਕੁਐਸਚਨ ਰਿਪੀਟ ਹੋ ਜਾਂਦੇ ਆ ਸੇਮ ਕੁਐਸਚਨ ਆ ਜਾਂਦੇ ਆ ਠੀਕ ਹੈ ਤਾਂ ਜਰੂਰ ਸਾਰੀਆਂ ਵੀਡੀਓਜ਼ ਦੇਖ ਕੇ ਜਾਓ ਪੇਪਰ ਦੇਣ ਤੋਂ ਪਹਿਲਾਂ ਬਾਕੀ ਇਸ ਨੰਬਰ ਦੇ ਉੱਤੇ ਸਾਰੇ ਜਣੇ ਨੇ ਮੈਸੇਜ ਜਰੂਰ ਕਰ ਲੈਣਾ ਹੈ ਮੇਰਾ ਨੰਬਰ ਸੇਵ ਕਰ ਲਿਓ ਹਰਮਨਦੀਪ ਸਿੰਘ ਜੀਕੇ ਫੈਕਟਸ ਲਿਖ ਕੇ ਤੇ ਮੇਰੀ ਕੋਈ ਵੀ ਐਪਲੀਕੇਸ਼ਨ ਨਹੀਂ ਹੈ ਕੋਈ ਵੀ ਮੇਰਾ ਕੋਰਸ ਨਹੀਂ ਹੈ ਅ ਇਸ ਨੰਬਰ ਦੇ ਉੱਤੇ ਮੈਨੂੰ ਮੈਸੇਜ ਕਰਨਾ ਮੈਂ ਸਿਰਫ ਪੀਡੀਐਫ ਬਣਾਈਆਂ 2023 ਦੇ ਪੇਪਰਾਂ ਦੀਆਂ ਪਲੱਸ ਪੰਜਾਬੀ ਦਾ ਡਾਟਾ ਤੇ ਮੋਕ ਟੈਸਟ ਠੀਕ ਹੈ ਬਾਕੀ ਕੋਰਸ ਵਗੈਰਾ ਮੇਰਾ ਕੁਝ ਵੀ ਨਹੀਂ ਹੈ ਫਿਲਹਾਲ 24 ਜੁਲਾਈ ਨੂੰ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ ਉਹ ਮੈਂ ਤੁਹਾਨੂੰ ਕਰਵਾਉਂਗਾ ਸਭ ਤੋਂ ਪਹਿਲਾਂ ਰਿਵਿਊ ਦੇਖਦੇ ਆਂ ਅ ਡੇਲੀ ਕੈਂਡੀਡੇਟ ਮੈਨੂੰ ਰਿਵਿਊ ਭੇਜ ਦੇਣ ਜਿਨ੍ਹਾਂ ਨੇ ਪੀਡੀਐਫ ਲਈ ਹੈ ਜਾਂ ਜੋ ਚੈਨਲ ਤੋਂ ਤਿਆਰੀ ਕਰ ਰਹੇ ਆ ਠੀਕ ਹੈ ਦੱਸਦਿਆਂ ਕਿਸ ਤਰ੍ਹਾਂ ਦਾ ਪੇਪਰ ਹੋਇਆ ਕੀ ਕੁਸ਼ ਆਇਆ ਉਹਨਾਂ ਦੇ ਪੜੇ ਵਿੱਚੋਂ ਤਾਂ ਇਹਨਾਂ ਨੇ ਰਿਵਿਊ ਭੇਜਿਆ ਏ ਠੀਕ ਹੈ ਤੇ ਕੁਝ ਕੁਐਸਚਨ ਵੀ ਇਹਨਾਂ ਨੇ ਦੱਸਿਆ ਜੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕਰਵਾਉਂਗਾ ਠੀਕ ਹੈ ਜਿੰਨੇ ਕ ਇਹਨਾਂ ਨੂੰ ਚਾਹਤੀ ਇਹਨਾਂ ਨੇ ਦੱਸਿਆ ਧੰਨਵਾਦ ਇਹਨਾਂ ਦਾ ਹੋਰ ਕੈਂਡੀਡੇਟ ਜਿਨ੍ਹਾਂ ਨੇ ਵੀ ਕੁਐਸਚਨ ਦੱਸਿਆ ਸਾਰਿਆਂ ਦਾ ਧੰਨਵਾਦ ਤੇ ਆਪਣੀ ਆਪਣੀ ਸ਼ਿਫਟ ਤੋਂ ਬਾਅਦ ਕੁਐਸਚਨ ਸਾਰੇ ਜਣੇ ਜਰੂਰ ਦੱਸ ਦਿਆ ਕਰੋ ਠੀਕ ਹੈ ਬਾਕੀ ਇਹਨਾਂ ਨੇ ਪੀਡੀਐਫ ਲਈ ਸੀ ਤੇ ਉਹ ਉਸ ਚ ਕਾਫੀ ਕੁਐਸਚਨ ਆਏ ਇਹਨਾਂ ਦਾ ਕਹਿਣਾ ਹੀ ਪੰਜਾਬੀ ਦੇ ਖਾਸ ਤੌਰ ਦੇ ਉੱਤੇ ਪੰਜਾਬੀ ਦਾ ਲਗਭਗ ਕਾਫੀ ਜ਼ਿਆਦਾ ਪੇਪਰ ਆ ਰਿਹਾ ਹੈ ਪੀਡੀਐਫ ਵਿੱਚੋਂ ਪੁਰਾਣੇ ਪੇਪਰਾਂ ਵਿੱਚੋਂ ਵੀ ਕੁਝ ਕੁਐਸਚਨ ਜੀਕੇ ਪੋਲਿਟੀ ਦੇ ਵੀ ਰਿਪੀਟ ਹੋ ਰਹੇ ਹਨ ਤੇ ਮੈਥ ਰੀਜ਼ਨਿੰਗ ਦੇ ਵੀ ਮਿਲਦੇ ਜੁਲਦੇ ਕੁਐਸਚਨ ਆ ਰਹੇ ਹਨ ਆਹ 100 ਨੰਬਰ ਵਾਲੇ ਪੇਪਰ ਦੀ ਪੀਡੀਐਫ ਹੈ ਜਿਸ ਦੇ ਵਿੱਚ ਮੈਂ ਪੰਜਾਬ ਪਲਾਸ ਸ਼ਿਫਟਾਂ ਦੇ ਕੁਐਸਚਨ ਇਕੱਠੇ ਕਰਤੇ ਜਿਵੇਂ 35 ਨੰਬਰ ਦੀ ਜੀਕੇ ਹੈ ਉਸਦੇ ਕੁਐਸਚਨ ਇਕੱਠੇ ਨਾਲ ਦੀ ਨਾਲ ਕੁਐਸਚਨ ਆਨਸਰ ਆਪਸ਼ਨ ਸਾਰਾ ਕੁਝ ਮਿਲ ਜੂਗਾ ਫਿਰ ਪੰਜਾਬੀ ਗ੍ਰਾਮਰ ਦੇ ਇਕੱਠੇ ਕਰਤੇ ਫਿਰ ਕੰਪਿਊਟਰ ਫਿਰ ਇੰਗਲਿਸ਼ ਫਿਰ ਮੈਥ ਹੈਂਡ ਰੀਜ਼ਨਿੰਗ ਮੈਥ ਤੇ ਰੀਜ਼ਨਿੰਗ ਦਾ 300 ਕੁਐਸਚਨ ਹੈ ਨਾਲ ਆਨਸਰ ਐਕਸਪਲੇਨ ਨਹੀਂ ਹੈ ਐਕਸਪਲੇਨ ਮਿਲੂਗਾ ਤੁਹਾਨੂੰ ਮੌਕ ਟੈਸਟਾਂ ਦੇ ਵਿੱਚ ਜਿਸ ਦੇ ਵਿੱਚ ਟੋਟਲ 200 ਕੁਐਸਚਨ ਹੋਊਗਾ ਮੈਥ ਰੀਜ਼ਨਿੰਗ ਦਾ ਪੰਜ ਮੌਕ ਟੈਸਟਾਂ ਦੇ ਵਿੱਚ 10 ਮੌਕ ਟੈਸਟ ਪੰਜਾਬੀ ਦੇ ਪੇਪਰ ਦੇ ਹਨ ਠੀਕ ਹੈ ਇੱਕ ਪੀਡੀਐਫ ਦੇ ਵਿੱਚ ਪੰਜਾਬੀ ਦਾ ਡਾਟਾ ਜੋ ਇੰਪੋਰਟੈਂਟ ਪੇਪਰ ਦੇ ਵਿੱਚ ਆ ਰਿਹਾ ਪੰਜਾਬੀ ਗ੍ਰਾਮਰ ਤੇ 2023 ਦੇ ਸਾਰੇ ਕੁਐਸਚਨ ਪੰਜਾਬੀ ਦੇ ਉਹ ਤੁਹਾਨੂੰ ਮਿਲਣਗੇ ਇਸ ਤਰ੍ਹਾਂ ਤਿੰਨ ਪੀਡੀਐਫ ਮਿਲਣਗੇ ਤੁਹਾਨੂੰ ਸਿਰਫ 200 ਦੇ ਵਿੱਚ ਨੰਬਰ ਦੇ ਉੱਤੇ ਮੈਸੇਜ ਕਰ ਲਓ ਜੀ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੇਪਰ ਦੇਣਾ ਹੈ ਇਹ ਪੀਡੀਐਫ ਜਰੂਰ ਕਰ ਲਿਓ ਕਾਫੀ ਹੈਲਪ ਮਿਲੂਗੀ ਤੁਹਾਨੂੰ ਚਲੋ ਹੁਣ ਆਪਾਂ ਦੇਖਦੇ ਹਾਂ ਕੁਐਸਚਨ ਗੋਵਿੰਦਗੜ੍ਹ ਕਿਲਾ ਕਿੱਥੇ ਹੈ ਬਹੁਤ ਇਹ ਕੁਐਸਚਨ ਰਿਪੀਟ ਹੋ ਰਿਹਾ 2024 ਦੇ ਵਿੱਚ ਵੀ ਇਹ ਕਾਫੀ ਰਿਪੀਟ ਹੋਇਆ ਕੁਐਸਚਨ ਠੀਕ ਹੈ ਗੋਵਿੰਦਗੜ੍ਹ ਕਿਲਾ ਪਾਰਤ ਦੇ ਪੰਜਾਬ ਰਾਜ ਵਿੱਚ ਅਮਰitsar ਸ਼ਹਿਰ ਦੇ ਕੇਂਦਰ ਵਿੱਚ ਸਥਿਤ ਇੱਕ ਇਤਿਹਾਸਿਕ ਫੌਜੀ ਕਿਲਾ ਹੈ ਠੀਕ ਹੈ 10 ਫਰਵਰੀ 2017 ਨੂੰ ਜਨਤਾ ਲਈ ਇਸ ਨੂੰ ਖੋਲ ਦਿੱਤਾ ਗਿਆ ਸੀ ਇਸ ਕਿਲੇ ਵਿੱਚ ਇੱਕ ਅਜਾਇਬ ਘਰ ਅਤੇ ਥੀਮ ਪਾਰਕ ਵਜੋਂ ਪੰਜਾਬ ਦੇ ਇਤਿਹਾਸ ਦੇ ਭੰਡਾਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਇਸ ਕਿਲੇ ਨੂੰ ਠੀਕ ਹੈ ਅਮਰitsar ਦੇ ਵਿੱਚ ਹੈ ਇਹ ਕਿਲਾ ਪੰਗੀਆਂ ਦਾ ਕਿਲਾ ਵੀ ਇਸ ਨੂੰ ਕਿਹਾ ਜਾਂਦਾ ਹੈ ਇੱਕ ਸ਼ਿਫਟ ਦੇ ਵਿੱਚ ਪੁੱਛਿਆ ਗਿਆ ਸੀ ਪੰਗੀਆਂ ਦੇ ਕਿਲੇ ਬਾਰੇ ਤਾਂ ਇਹ ਗਵਿੰਦਗੜ੍ਹ ਕਿਲੇ ਨੂੰ ਹੀ ਕਿਹਾ ਜਾਂਦਾ ਹੈ ਠੀਕ ਹੈ ਕਿਲਾ ਰਾਏਪੁਰ ਖੇਡ ਮੇਲਾ ਜੋ ਮਿਨੀ 올림픽 ਜਿਸ ਨੂੰ ਕਿਹਾ ਜਾਂਦਾ ਉਹ ਕਿੱਥੇ ਹੁੰਦਾ ਹੈ ਤਾਂ ਇਹ ਲੁਧਿਆਣਾ ਦਾ ਪਿੰਡ ਹੈ ਲੁਧਿਆਣਾ ਜ਼ਿਲ੍ਹੇ ਦਾ ਠੀਕ ਹੈ ਰਾਏਪੁਰ ਕਿਲਾ ਰਾਏਪੁਰ ਇੱਥੇ ਇਹ ਆਯੋਜਿਤ ਕੀਤਾ ਜਾਂਦਾ ਹੈ ਸਪੋਰਟਸ ਫੈਸਟੀਵਲ ਹੁੰਦਾ ਜੋ ਅਲੱਗ-ਅਲੱਗ ਖੇਡਾਂ ਹੁੰਦੀਆਂ ਇਸ ਦੇ ਵਿੱਚ ਬਸਾਖੀ ਦੇ ਮੇਲੇ ਤੇ ਪੰਜਾਬ ਚ ਮਰਦਾਂ ਦਾ ਨਾਚ ਕਿਹੜਾ ਹੈ ਪੰਗੜਾ ਠੀਕ ਹੈ ਤੇ ਬਸਾਖੀ ਹੁੰਦੀ ਕਦੋਂ ਹੈ ਬਸਾਖੀ ਜਾਂ ਬੈਸਾਖੀ ਬਸਾਖ ਮਹੀਨੇ ਦੇ ਪਹਿਲੇ ਦਿਨ ਨੂੰ ਦਰਸਾਉਂਦਾ ਹੈ ਇੱਕ ਬਸਾਖ ਨੂੰ ਬਸਾਖੀ ਹੁੰਦੀ ਹੈ ਇਹ ਕੁਐਸਚਨ ਵੀ ਆਇਆ ਹੋਇਆ ਪਹਿਲਾ ਪੇਪਰ ਦੇ ਵਿੱਚ 13 ਜਾਂ 14 April ਨੂੰ ਇਹ ਤਿਹਾਰ ਹੈ ਜਿਹੜਾ ਮਨਾਇਆ ਜਾਂਦਾ ਹੈ ਗੁਰਮੁਖੀ ਦੇ ਵਿੱਚ ਜੇ 26 ਨੂੰ ਲਿਖਣਾ ਹੋਵੇ ਤਾਂ ਕਿਸ ਤਰ੍ਹਾਂ ਲਿਖੂਗੇ ਇਸ ਤਰ੍ਹਾਂ ਠੀਕ ਹੈ ਗੁਰਮੁਖੀ ਅੰਕ ਤੁਹਾਨੂੰ ਕਰਵਾਏ ਵੀ ਹੋਏ ਆ ਮੈਂ ਕਾਫੀ ਵਾਰ ਤੇ ਪੀਡੀਐਫ ਦੇ ਵਿੱਚ ਮੈਂ ਦੱਸਿਆ ਹੋਇਆ ਗਿਣਤੀ ਸਾਰੀ 1 ਤੋਂ ਲੈ ਕੇ 100 ਤੱਕ ਗੁਰਮੁਖੀ ਦੇ ਵਿੱਚ ਵੀ ਮੈਂ ਪਾਈ ਹੋਈ ਹੈ ਤੇ ਜਰੂਰ ਕਰਕੇ ਜਾਇਓ ਇਹ ਗੁਰਮੁਖੀ ਅੰਕ ਵੀ ਜਰੂਰ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ। ਚੰਡੀਗੜ੍ਹ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ? ਚੰਡੀਗੜ੍ਹ ਨਾਲ ਰਿਲੇਟਡ ਕੁਐਸਚਨ ਵੀ ਪੁੱਛੇ ਜਾ ਰਹੇ ਆ। ਮੈਂ ਇੱਕ ਕਲਾਸ ਪਾਈ ਹੋਈ ਆ ਚੰਡੀਗੜ੍ਹ ਨਾਲ ਰਿਲੇਟਡ ਪਲੇਲਿਸਟ ਵਿੱਚ ਜਾ ਕੇ ਜਰੂਰ ਦੇਖ ਕੇ ਜਾਇਓ। ਠੀਕ ਹੈ। 1947 ਤੱਕ ਲਾਹੌਰ ਸੀ ਰਾਜਧਾਨੀ ਪੰਜਾਬ ਦੀ। ਠੀਕ ਹੈ। ਤੇ 1947 ਤੋਂ 1966 ਤੱਕ Shimla ਰਹੀ ਠੀਕ ਹੈ ਜਦੋਂ ਵੰਡ ਨਹੀਂ ਹੋਈ ਸੀ ਭਾਸ਼ਾ ਦੇ ਆਧਾਰ ਦੇ ਉੱਤੇ ਉਦੋਂ ਤੱਕ Shimla ਰਹੀ ਪੰਜਾਬ ਦੀ ਰਾਜਧਾਨੀ ਠੀਕ ਹੈ ਤੇ 1947 ਤੋਂ ਸ਼ਾਇਦ 1953 ਤੱਕ ਕਾਰਜਕਾਰੀ ਰਾਜਧਾਨੀ ਜਲੰਧਰ ਵੀ ਰਹੀ ਸੀ ਠੀਕ ਹੈ 1953 ਮੈਂ ਕਿਤੇ ਪੜਿਆ ਸੀ 1953 ਤੱਕ ਕਾਰਜਕਾਰੀ ਰਾਜਧਾਨੀ ਠੀਕ ਹੈ ਤੇ ਮੌਜੂਦਾ ਰਾਤਾਨੀ ਚੰਡੀਗੜ੍ਹ 1966 ਤੋਂ ਪੇਪਰ ਦੇ ਵਿੱਚ ਕਿਸ ਤਰ੍ਹਾਂ ਦੀ ਆਪਸ਼ਨ ਆਈ ਸੀ ਉਸ ਹਾਵ ਨਾਲ ਮੈਨੂੰ ਨਹੀਂ ਪਤਾ ਆਪਸ਼ਨਾਂ ਦਾ ਤਾਂ ਉਸ ਹਾਵ ਨਾਲ ਆਨਸਰ ਬਣਨਾ ਸੀ ਇਹਨਾਂ ਦਾ ਪਰ ਮੈਂ ਸਾਰਾ ਤੁਹਾਨੂੰ ਕਰਵਾਤਾ ਠੀਕ ਹੈ Shimla ਹੋਊਗਾ ਮੇਰੇ ਸਾਬ ਨਾਲ ਆਪਸ਼ਨ ਦੇ ਵਿੱਚ ਪਾਰਟੀਸ਼ਨ ਮਿਊਜ਼ੀਅਮ ਕਿੱਥੇ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਕੁਐਸਚਨ ਹੋਰ ਆ ਗਿਆ ਅੰਮ੍ਰਿਤਸਰ ਨਾਲ ਰਿਲੇਟਡ ਪੰਜ ਕਕਾਰ ਕਿਸ ਗੁਰੂ ਸਾਹਿਬਾਨ ਨੇ ਦਿੱਤੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਕਾਰ ਦਿੱਤੇ ਸਨ ਆਰਟੀਕਲ 89 ਪੁੱਛਿਆ ਗਿਆ ਰਾਜਾਂ ਦੀ ਕੌਂਸਲ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਭਾਰਤ ਦਾ ਉਪ ਰਾਸ਼ਟਰਪਤੀ ਰਾਜਾਂ ਦੀ ਪ੍ਰੀਸ਼ਦ ਦਾ ਕਾਰਜਕਾਰੀ ਚੇਅਰਮੈਨ ਹੋਵੇਗਾ ਆਰਟੀਕਲ 198 ਮਨੀ ਬਿੱਲਾਂ ਦੇ ਸਬੰਧ ਵਿੱਚ ਵਿਸ਼ੇਸ਼ ਪਰਕੇ ਰਿਆ ਆਰਟੀਕਲ 18 ਭਾਰਤ ਦਾ ਕੋਈ ਵੀ ਨਾਗਰਿਕ ਕਿਸੇ ਵਿਦੇਸ਼ੀ ਰਾਜ ਤੋਂ ਕੋਈ ਵੀ ਉਪਾਦੀ ਸਵੀਕਾਰ ਨਹੀਂ ਕਰੇਗਾ ਠੀਕ ਹੈ ਜਿਵੇਂ ਪੁਰਾਣੀ ਜ਼ਮਾਨੇ ਦੇ ਵਿੱਚ ਅਲੱਗ-ਅਲੱਗ ਨਾਮ ਦਿੱਤੇ ਜਾਂਦੇ ਸੀ ਉਸ ਚੀਜ਼ ਨੂੰ ਇਸ ਆਰਟੀਕਲ ਦੇ ਅਧੀਨ ਖਤਮ ਕਰ ਦਿੱਤਾ ਗਿਆ ਹੈ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਜਿਵੇਂ ਆਪਾ ਕਹਿ ਸਕਦੇ ਹਾਂ ਕਿ ਜਾਗੀਰਦਾਰ ਜਾਂ ਕੁਛ ਐਵੇਂ ਕੋਈ ਉਪਾਧੀ ਦਿੱਤੀ ਜਾਂਦੀ ਸੀ ਜਿਨ੍ਹਾਂ ਕੋਲ ਪੈਸਾ ਹੁੰਦਾ ਸੀ ਠੀਕ ਹੈ ਜਾਂ ਜਾਇਦਾਦ ਵਗੈਰਾ ਜ਼ਿਆਦਾ ਹੁੰਦਾ ਸੀ ਉਹਨਾਂ ਨੂੰ ਖਾਸ ਨਾਮ ਦਿੱਤੇ ਜਾਂਦੇ ਸੀ ਉਹ ਇਸ ਚੀਜ਼ ਦੇ ਵਿੱਚ ਹਟਾ ਦਿੱਤਾ ਗਿਆ ਹੈ ਆਰਟੀਕਲ 18 ਦੇ ਵਿੱਚ ਆਰਟੀਕਲ 14 ਕਾਨੂੰਨ ਦੇ ਸਾਹਮਣੇ ਸਮਾਨਤਾ ਰਾਜ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਜਾਂ ਭਾਰਤ ਦੇ ਖੇਤਰ ਦੇ ਅੰਦਰ ਕਾਨੂੰਨਾਂ ਦੀ ਬਰਾਬਰ ਸੁਰੱਖਿਆ ਤੋਂ ਇਨਕਾਰ ਨਹੀਂ ਕਰੇਗਾ ਠੀਕ ਹੈ ਸਮਾਨਤਾ ਦਾ ਅਧਿਕਾਰ ਆਰਟੀਕਲ 14 ਤੋਂ 18 ਹਾਈ ਕੋਰਟ ਦੇ ਜੱਜ ਕਿੰਨੀ ਉਮਰ ਵਿੱਚ ਰਿਟਾਇਰ ਹੁੰਦੇ ਹਨ 65 ਸਾਲ ਤੇ ਸ਼ਾਇਦ ਇਹ ਪੁੱਛਿਆ ਗਿਆ ਸੀ ਕਿ ਕਿਹੜੀ ਸੋਧ ਦੇ ਵਿੱਚ ਇਹ ਅ ਉਮਰ ਹੈ ਜਿਹੜੀ ਵਧਾਈ ਗਈ 114ਵੀਂ ਸੋਧ 2010 ਦੇ ਵਿੱਚ ਇਹ ਉਮਰ 62 ਸਾਲ ਤੋਂ ਵਧਾ ਕੇ 65 ਸਾਲ ਕੀਤੀ ਗਈ ਪੰਚਾਇਤ ਬਣ ਦਾ ਮੈਂਬਰ ਬਣ ਲਈ ਘੱਟੋ ਘੱਟ ਉਮਰ ਕਿੰਨੀ ਚਾਹੀਦੀ ਆ 21 ਸਾਲ ਚਾਹੀਦੀ ਆ ਅਕਾਲ ਤਖਤ ਸਾਹਿਬ ਦੀ ਉਸਾਰੀ ਕਿਸ ਗੁਰੂ ਸਾਹਿਬਾਨ ਨੇ ਕਰਵਾਈ ਸੀ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਠੀਕ ਹੈ ਤੇ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਨੂੰ ਛੱਡ ਕੇ ਬਾਕੀ ਦੇ ਚਾਰੇ ਜੋ ਅਕਾਲ ਤਖਤ ਸਹਿਬ ਹੈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹਨ ਠੀਕ ਹੈ ਜਿੰਨੇ ਵੀ ਤਖਤ ਸਹਿਬਾਨ ਆਪਣੇ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤਖਤ ਸ੍ਰੀ ਅ ਦਮਦਮਾ ਸਾਹਿਬ ਠੀਕ ਹੈ ਤੇ ਤਖਤ ਸ੍ਰੀ ਹਜੂਰ ਸਾਹਿਬ ਨਦੇੜ ਜੋ ਕਿ ਮਹਾਰਾਸ਼ਟਰ ਦੇ ਵਿੱਚ ਹੈ ਇਹ ਚਾਰੋਂ ਤਖਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਹੈ ਠੀਕ ਹੈ ਜਗਤਜੀਤ ਪੈਲਸ ਕਿ ਸਾਲ ਬਣਾਇਆ ਗਿਆ ਸੀ ਜਗਤਜੀਤ ਪੈਲਸ ਕੰਪੂਰਥਲਾ ਦੇ ਵਿੱਚ ਹੈ ਠੀਕ ਹੈ ਤੇ ਕੰਪੂਰਥਲਾ ਰਾਜ ਦੇ ਮਹਾਰਾਜੇ ਦੀ ਇਹ ਰਿਹائش ਸੀ 1908 ਦੇ ਵਿੱਚ ਇਹ ਬਣਵਾਇਆ ਗਿਆ ਸੀ ਮਹਾਰਾਜਾ ਜਗਤਜੀਤ ਸਿੰਘ ਦੁਆਰਾ ਰਾਜਨੀਤੀ ਦੇ ਨਿਰਦੇਸ਼ਕ ਸੰਧਾਨਤ ਭਾਗ 4 ਦੇ ਵਿੱਚ ਆਰਟੀਕਲ 36 ਤੋਂ 51 ਤੱਕ ਆਉਂਦੇ ਆ ਮੇਜਰ ਧਿਆਨ ਚੰਦ ਖੇਲ ਰਤਨਵਾੜ ਕਿਸ ਨੂੰ ਮਿਲਿਆ ਸਾਤਵਿਕ ਸਾਈ ਰਾਜ ਰੱਕੀ ਰਾਡੀ ਤੇ ਚਿਰਾਗ ਛੇਟੀ ਕੁਝ ਜਿਹਾ ਸਟੂਡੈਂਟ ਦਾ ਕਹਿਣਾ ਹੈ ਕਿ ਕਰੰਟ ਅਫੇਅਰ ਇਸ ਸ਼ਿਫਟ ਦੇ ਵਿੱਚ ਇਹਨਾਂ ਦੋਨਾਂ ਸ਼ਿਫਟਾਂ ਵਿੱਚੋਂ ਇੱਕ ਸ਼ਿਫਟ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲੇ ਕੁਝ ਦਾ ਤਾਂ ਕਹਿਣਾ ਕਿ 15 ਤੋਂ 15 ਤੋਂ 19 ਕੁਐਸ਼ਨ ਕਰੰਟ ਅਫੇਅਰ ਦੇ ਇੱਕ ਸ਼ਿਫਟ ਦੇ ਵਿੱਚ ਦੇਖਣ ਨੂੰ ਮਿਲੇ। ਬਾਕੀ ਜਿਨ੍ਹਾਂ ਨੇ ਪੇਪਰ ਦਿੱਤਾ ਹੈ ਤਾਂ ਕਮੈਂਟ ਕਰਕੇ ਦੱਸ ਸਕਦੇ ਕਿ ਕਿੰਨੇ ਕਾ ਕੁਐਸ਼ਨ 24 ਜੁਲਾਈ ਦੀਆਂ ਦੋਨਾਂ ਸ਼ਿਫਟਾਂ ਦੇ ਵਿੱਚ ਕਰੰਟ ਅਫੇਅਰ ਦੇ ਤੁਹਾਨੂੰ ਦੇਖਣ ਨੂੰ ਮਿਲੇ ਸਨ। ਪੰਜਾਬ ਵਿੱਚ ਇੰਟਰਨੈਸ਼ਨਲ 에ਅਰਪੋਰਟ ਕਿੰਨੇ ਹਨ? ਤਿੰਨ ਇੰਟਰਨੈਸ਼ਨਲ 에ਅਰਪੋਰਟ ਹੈ। ਠੀਕ ਹੈ। ਨੌ ਘਰੇਲੂ ਹਵਾਈ ਅੱਡੇ ਹਨ, ਚਾਰ ਨਿੱਜੀ ਹਵਾਈ ਅੱਡੇ ਤੇ ਇੱਕ ਮਿਲਟਰੀ ਬੇਸ ਹੈ। ਰਾਸ਼ਟਰਪਤੀ ਦੀ ਚੋਣ ਕਿਸ ਆਰਟੀਕਲ ਅਧੀਨ ਕੀਤੀ ਜਾਂਦੀ ਹੈ? 355 ਠੀਕ ਹੈ ਦੇ ਵਿੱਚ ਚੋਣ ਦਾ ਤਰੀਕਾ ਦੱਸਿਆ ਗਿਆ ਹੈ ਰਾਸ਼ਟਰਪਤੀ ਦੀ ਦਾ ਦੂਜੀ ਅਗਲੋ ਸਿੱਖ ਜੰਗ ਦੇ ਸਮੇਂ ਭਾਰਤ ਦਾ ਗਵਰਨਰਲ ਗਵਰਨਰ ਜਨਰਲ ਕੌਣ ਸੀ? ਲਾਰਡ ਡਲਹੌਜੀ ਪੰਜਾਬ ਦੀ ਕੁੱਲ ਸਾਖਰਤਾ ਦਰ 2011 ਦੀ ਜਾਣਨ ਕਰਨਾ ਅਨੁਸਾਰ ਕਿੰਨੀ ਹੈ? ਠੀਕ ਹੈ 75.84% ਹੈ ਭਾਰਤ ਦੀ ਜੇ ਗੱਲ ਕਰੀਏ ਤਾਂ 72.98% ਭਾਰਤ ਦੀ ਸਾਖਰਤਾ ਦਰ ਨਾਲੋਂ ਪੰਜਾਬ ਦੀ ਸਾਖਰਤਾ ਦਰ ਵੱਧ ਹੈ ਮਰਦਾਂ ਦੀ ਸਾਖਰਤਾ ਦਰ 80.44% ਤੇ ਔਰਤਾਂ ਦੀ 70.73% ਠੀਕ ਹੈ ਇਹ ਵੀ ਨੋਟ ਕਰ ਲਓ ਕਿਸੇ ਸ਼ਿਫਟ ਵਿੱਚ ਹੋ ਸਕਦਾ ਸੇਮ ਹੀ ਕੁਐਸਚਨ ਰਿਪੀਟ ਹੋ ਜੇ ਜਾਂ ਇੰਡੀਆ ਦੀ ਵੀ ਪੁੱਛ ਲਈ ਜਾਵੇ ਜਾਂ ਮਰਦਾਂ ਦੀ ਜਾਂ ਔਰਤਾਂ ਦੀ ਪੰਜਾਬ ਦੇ ਵਿੱਚ ਠੀਕ ਹੈ ਤੇ 14ਵੇਂ ਨੰਬਰ ਤੇ ਹੈ ਸਾਖਰਤਾ ਦਰ ਦੀ ਜੇ ਆਪਾਂ ਗੱਲ ਕਰੀਏ ਪੂਰੇ ਭਾਰਤ ਵਿੱਚੋਂ 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਮੂਰੀਸ਼ ਮਸਜਿਦ ਕਦੋਂ ਬਣੀ 1927 ਦੇ ਵਿੱਚ ਸ਼ੁਰੂ ਕੀਤਾ ਸੀ ਇਸ ਦਾ ਨਿਰਮਾਣ ਤੇ 1930 ਦੇ ਵਿੱਚ ਇਹ ਨਿਰਮਾਣ ਪੂਰਾ ਹੋਇਆ ਮਲੇਰ ਕੋਟਲਾ ਵਿਖੇ ਕਿੰਨੇ ਕੁੱਕਿਆਂ ਨੂੰ ਸ਼ਹੀਦ ਕੀਤਾ ਗਿਆ ਸੀ 66 65 ਕੁੱਕਿਆਂ ਨੂੰ ਤੋਪ ਅੱਗੇ ਖੜੇ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਠੀਕ ਹੈ ਤੇ ਇੱਕ ਕੁੱਕੇ ਨੂੰ ਅ ਤਸੀਹੇ ਦੇ ਕੇ ਉਹਨਾਂ ਨੇ ਸ਼ਹੀਦ ਕੀਤਾ ਸੀ ਠੀਕ ਹੈ ਪੇਪਰ ਦੇ ਵਿੱਚ ਹੁਣ ਆਪਸ਼ਨ 65 ਆਇਆ ਜਾਂ ਹਜਾਟ ਇਹ ਮੈਨੂੰ ਨਹੀਂ ਪਤਾ ਪਰ ਇੱਥੇ क्वेश्चन ਜੋ ਮੈਨੂੰ ਦੱਸਿਆ ਹੈ ਤਾਂ ਸ਼ਹੀਦ ਪੁੱਛਿਆ ਹੈ ਟੋਪਾ ਅੱਗੇ ਖੜੇ ਕਰਕੇ ਜੇ ਪੁੱਛਿਆ ਜਾਵੇ ਤਾਂ 65 ਆਂਸਰ ਆਊਗਾ ਠੀਕ ਹੈ ਜੋ ਇਹੇ ਕਵੈਸ਼ਨ ਹੈ ਜਿਹੜੇ ਇਸ ਤਰ੍ਹਾਂ ਦੇ ਕੁਐਸਚਨ ਇਹਨਾਂ ਦੋਨਾਂ ਸ਼ਿਫਟਾਂ ਦੇ ਵਿੱਚ ਦੇਖਣ ਨੂੰ ਮਿਲੇ। ਬਾਕੀ ਮੈਥਰੀਜ਼ਿੰਗ ਦੇ ਉਹੀ ਸਿੰਪਲੀਫਿਕੇਸ਼ਨ, ਪ੍ਰੋਫਿਟ ਲੌਸ ਇਹ ਸਾਰਾ ਕੁਝ ਆ ਰਿਹਾ। ਕੰਪਿਊਟਰ ਦੇ ਵਿੱਚ ਵੀ ਸ਼ਾਰਟਕਟ ਕੀਜ਼ ਵਗੈਰਾ ਦੇਖਣ ਨੂੰ ਮਿਲ ਰਹੀਆਂ, ਐਮ ਐਸ ਆਫਿਸ ਨਾਲ ਰਿਲੇਟਡ ਕੁਐਸਚਨ ਦੇਖਣ ਨੂੰ ਮਿਲ ਰਹੇ ਆ, ਈਮੇਲ ਨਾਲ ਰਿਲੇਟਡ ਕੁਐਸਚਨ ਦੇਖਣ ਨੂੰ ਮਿਲ ਰਹੇ ਆ। ਠੀਕ ਹੈ। ਬਾਕੀ ਜਿਨ੍ਹਾਂ ਦੀ ਤਿਆਰੀ ਐ ਪੇਪਰ ਵਧੀਆ ਹੋ ਰਿਹਾ ਉਹਨਾਂ ਦਾ ਤੇ ਐਨਾਲਾਈਜ਼ ਜੋ ਮੈਂ ਕਰ ਰਹੀ ਹਾਂ ਜ਼ਰੂਰ ਸਾਰੀਆਂ ਵੀਡੀਓਜ਼ ਦੇਖ ਲਓ ਪਲੇਲਿਸਟ ਵਿੱਚ ਜਾ ਕੇ ਤੇ ਪੀਡੀਐਫ ਲੈਣ ਲਈ ਨੰਬਰ ਦੇ ਉੱਤੇ ਮੈਸੇਜ ਕਰ ਲਿਓ ਧੰਨਵਾਦ